ਤੇ ਸਾਡੇ ਜਮਾ ਪਾਣੀ ਵੀ ਨੀ ਹੈਗਾ ਮੂੰਹ। ਸੱਸ ਨੂੰਹਾਂ ਦੀ ਚੜਾਈ ਆ ਦੇਖ, ਸੇਮ ਸੇਮ ਸੂਟ। ਕੁਛੀ ਸਾਡੀ ਆਉਂਦੀ ਵਿਚਰ ਗਈ, ਕਹਿੰਦੀ ਮੈਨੂੰ ਫਰਾਕ ਲੈ ਕੇ ਦੋ ਤੂੰ। ਤੁਸੀਂ ਕੱਲ ਵਾਲੇ ਵਲੌਗ ਦੇ ਵਿੱਚ ਦੇਖਿਆ ਰਾਤੀ ਇੰਨੀ ਹਨੇਰੀ ਆ ਗਈ ਸੀ, ਇੰਨੀ ਔਖੀ ਸਬਜ਼ੀ ਬਣਾਈ ਆਪਾਂ, ਟੱਕ ਟੱਕ ਕੇ ਪਾਣੀ ਛਿੜਕ ਛਿੜਕ ਕੇ ਰੇਤਾ ਹੀ ਰੇਤਾ ਹੋ ਗਈ ਸੀ ਸਾਰੇ ਪਾਸੇ। ਹੁਣ ਤੇ ਕੱਲ ਰਾਤ ਦੀ ਲਾਈਟ ਗਈ ਆ, ਹਜੇ ਤੱਕ ਲਾਈਟ ਨਹੀਂ ਆਈ, ਤੇ ਹਜੇ ਤੱਕ ਆਪਾਂ ਮੂੰਹ ਹੀ ਧੋਤਾ, ਬਰੱਸ਼ ਕਿਸੇ ਨੇ ਨਹੀਂ ਕੀਤਾ ਕਿਉਂਕਿ ਪਾਣੀ ਵੀ ਨਹੀਂ ਹੈਗਾ, ਜਮੀ ਟੈਂਕੀ ਖਾਲੀ ਹੋਈ ਪਈ ਆ। ਅਤੇ ਮੰਮੀ ਹੁਣ ਚੱਲੇ ਆ ਪਾਣੀ ਲੈਣ ਵਾਸਤੇ, ਅਤੇ ਖਲਾਰਾ ਵੀ ਇੰਨਾ ਪਿਆ ਪਿਆ, ਪੱਤੇ ਪੱਤੇ, ਹੁਣ ਸਾਰੀ ਸਾਫ਼ ਸਫਾਈ ਕਰੀਏ, ਬਹੁਤ ਔਖਾ ਹੋਇਆ ਪਿਆ। ਮੈਂ, ਖੁਸ਼ੀ, ਮੰਮੀ ਤਿੰਨੇ ਜਣੇ ਉੱਠ ਗਏ। ਰਾਤੀ ਇੰਨੀ ਜਾਣੇਰੀ ਚੱਲੀ ਸੀ ਅਤੇ ਲਾਈਟ ਵੀ ਨਹੀਂ ਆਈ ਰਾਤ ਦੀ, ਅਤੇ ਸਾਡੇ ਜਮਾਂ ਪਾਣੀ ਵੀ ਨਹੀਂ ਹੈਗਾ ਮੂੰਹ ਧੋਣ। ਹੁਣ ਖੁਸ਼ੀ ਅਤੇ ਮੰਮੀ ਦੋਨੇ ਜਣੇ ਚੱਲੇ ਆ ਪਾਣੀ ਲੈਣ। ਗਈਆਂ ਝਾੜੂ ਫੇਰਨ ਕਿਉਂਕਿ ਇੰਨਾ ਜ਼ਿਆਦਾ ਔਖਾ ਹੋਇਆ, ਝਾੜੂ ਵੀ ਨਹੀਂ ਫਿਰਦਾ ਪਿਆ। ਕੀ ਲੱਗ ਗਿਆ ਤੇਰੀ? ਖੁਸ਼ੀ, ਸਾਡੀ ਮੰਮੀ ਲੱਭ ਰਹੀ ਆ, ਮੰਮੀ ਪਾਣੀ ਲੈਣ ਗਈ। ਖੁਸ਼ੀ, ਕਿੰਨੀ ਸਮੈਲ ਆ ਰਹੀ ਨੇ ਫੈਕਟਰੀ ਦੀ। ਆ ਰਹੀਆਂ ਨੇ ਭਾਬੀ, ਮਣੀਆਂ ਮਣੀਆਂ ਆ ਜਿਵੇਂ ਰੇਤਾ ਜੀ ਤਾਂ ਉੱਗਣੀ ਹਟ ਜਾਊਗੀ। ਸਾਡੇ ਪਰ ਕੋਈ ਦਰਖਤ ਨਹੀਂ ਹੈ, ਜਿੰਨੇ ਵੀ ਪੱਤੇ ਸਾਡੇ ਗੁਆਂਢੀਆਂ ਪਹਿਲਾਂ ਮੋਟਾ ਮੋਟਾ ਪੱਤੇ ਪੱਤੇ ਚੱਕ ਕੇ ਬਾਹਰ ਕਰਦੇ, ਕੋਈ ਫਾਇਦਾ ਨਹੀਂ ਝਾੜੂ ਨਾਲ। ਨੇਰੀ ਨਾ ਆਵੇ, ਹੁਣ ਜੇ ਮੀਂਹ ਆ ਗਿਆ ਸਾਰੀ ਮਿੱਟੀ ਦੱਬ ਜੂਗੀ, ਤੇ 10-15 ਮਿੱਟੀ ਪਾ ਦੇ, ਬਹੁਤ ਆਰਾਮ ਨਾਲ ਆਟਾ ਗੁੰਨਣ ਲਈ ਵੀ ਪਾਣੀ ਹੈਗਾ, ਨਹੀਂ ਤਾਂ ਬੰਦਾ ਆਟਾ ਗੁੰਨ। ਘੜੇ 'ਚ ਤਾਂ ਪਾਣੀ ਹੋਣਾ ਹੀ ਹੈ, ਸ਼ਾਇਦ ਹੋਣਾ ਘੜੇ 'ਚ ਤਾਂ ਹੈਗਾ। ਲਓ ਜੀ, ਖੁਸ਼ੀ ਅਤੇ ਮੰਮੀ ਦੋਨੇ ਜਾਣੇ ਆ। ਖੁਸ਼ੀ, ਕਿੰਨੀਆਂ ਬਾਲਟੀਆਂ ਚੱਕ ਕੇ ਲਿਆਂਦੀ? ਦੋ। ਹੈਂ? ਦੋ। ਸਵੇਰੇ ਸਵੇਰੇ ਗੁਆਂਢੀਆਂ ਦੇ ਪਾਣੀ ਲੈ ਕੇ ਆਉਣਾ ਪੈ ਗਿਆ, ਅਤੇ ਮੰਮੀ ਧੋ ਰਹੀ ਆ ਭਾਂਡੇ ਹੁਣ। ਝਾੜੂ ਅਸੀਂ ਫਿਰ ਤਾਂ ਸਾਰਾ ਹੋ ਗਿਆ ਸਾਫ਼ ਸਫਾਈ, ਥੋੜ੍ਹੇ ਕੁ ਟਾਈਮ ਤੱਕ ਫਿਰ ਪੱਤੇ ਪੱਤੇ ਹੋ ਜਾਣੇ ਜਿੰਨੇ ਵੀ ਸੀ, ਊਂ ਤਾਂ ਸਾਫ਼ ਕਰਤਾ ਸੀ। ਹਾਂ, ਬਾਹਰ ਸਾਫ਼ ਉਹ ਕਰਨ ਲੱਗੇ ਪਏ ਆ। ਹਾਂ, ਮੂੰਹ ਉੱਠ ਗਿਆ ਵਿਚਾਰੇ ਨੂੰ, ਕੀ ਹੋਇਆ, ਪਾਣੀ ਨਹੀਂ ਮਿਲਦਾ ਮੈਂ ਮੂੰਹ ਧੋ, ਗਲਾਸ ਗਲਾਸ ਨਾਲ ਆਪਣਾ ਹੱਥ ਮੂੰਹ ਧੋ ਰਹੇ ਆ, ਸਾਰੇ ਪਾਸੇ ਮਿੱਟੀ ਮਿੱਟੀ ਹੋਈ ਪਈ ਆ। ਕੱਦੂ ਬਣਾਉਣਾ? ਮੈਂ ਹੁਣ ਗੁੰਨਣਾ ਆਟਾ, ਜਿੰਨਾ ਟਾਈਮ 'ਚ ਮੈਂ ਆਟਾ ਗੁੰਨਣਾ ਦੇਖਣਾ ਖੁਸ਼ੀ ਸਬਜ਼ੀ ਚੀਰਦੀ ਕਿ ਨਹੀਂ। ਮੈਂ ਗੁੰਨਣਾ ਆਟਾ, ਚੱਲ ਖੁਸ਼ੀ। ਰੱਬ ਦਾ ਲਾਈਟ ਆ ਗਈ ਅਤੇ ਹੁਣ ਅਸੀਂ ਮੋਟਰ ਚਲਾ ਕੇ ਟੈਂਕੀ ਭਰੀ, ਕਿਉਂਕਿ ਪਾਣੀ ਬਿਨਾਂ ਬਹੁਤ ਜ਼ਿਆਦਾ ਔਖਾ ਹੋਇਆ ਵੈਸੇ। ਮੈਂ ਆਟਾ ਵੀ ਗੁੰਨ ਲਿਆ, ਦੇਖਣਾ ਤੇਰੀ ਸਬਜ਼ੀ ਨਹੀਂ ਕੱਟ ਹੋਈ। ਬ੍ਰੇਕ ਲੈ ਲੈ ਜਿਵੇਂ, ਤੂੰ ਬ੍ਰੇਕ ਲੈ ਲੈ ਲੈ। ਫਾਈਨਲੀ ਹੁਣ ਲਾਈਟ ਆ ਗਈ ਅਤੇ ਅੰਦਰ ਕਰਦੀ ਹੈ ਸਾਫ਼ ਸਫਾਈ, ਅੰਦਰ ਵੀ ਬਹੁਤ ਜ਼ਿਆਦਾ ਪਿਆਰਾ ਪਿਆ। ਕੱਪੜੇ ਚੱਕ ਕੇ ਮੈਂ ਬਾਹਰ ਸਾਰੇ ਸੁੱਕਣੇ ਪਾ ਦਿੱਤੇ, ਹੁਣ ਮੈਂ ਫੇਰ ਲਵਾਂ ਝਾੜੂ, ਅਤੇ ਨਾਲੇ ਫਰਿੱਜ ਵੀ ਸਾਫ਼ ਕਰਨ ਵਾਲੀ ਸੀ, ਫਰਿੱਜ ਵੀ ਸਾਫ਼ ਕਰਤੀ ਕਿਉਂਕਿ ਲਾਈਟ ਚੱਲ ਗਈ ਸੀ ਰਾਤੀ, ਸਾਰਾ ਕੁਛ ਪਾਣੀ ਪਾਣੀ ਹੋਇਆ ਸੀ। ਹੁਣ ਫਟਾਫਟ
ਝਾੜੂ ਝੂੜੂ ਫੇਰ ਕੇ ਪੋਚਾ ਲਗਾ ਕੇ ਸਾਫ ਸਫਾਈ ਕਰ। ਮੈਡਮ ਸਾਡੀ ਪਾ ਰਹੀ ਸੀ ਕੱਪੜੇ, ਹੁਣ ਇਹਨੂੰ ਆ ਗਈ ਆ ਨੀਂਦ, ਨਾ ਲੋ ਜਾ ਕੇ ਪੈ ਗਈ ਗੱਡੀ ਦੇ ਕੱਪੜੇ ਪਾ ਤੇ, ਨੀਂਦ ਆ ਗਈ ਉਹਨੂੰ। ਸਬਜ਼ੀ ਬਣ ਰਹੀ ਕਿਉਂਕਿ ਰਾਤ ਵਾਲੀ ਸਬਜ਼ੀ ਸਾਡੀ ਖਰਾਬ ਹੋ ਗਈ। ਲੈ ਉਹ ਤੇ ਟੰਗ ਦੇ, ਕੋਈ ਨਾ ਤੈਨੂੰ ਕੀ ਤਾਂ ਲੈ ਜਾ ਬੋਤਲ ਨਾਲ, ਬੋਤਲ ਲੈ ਜਾ ਤੈਨੂੰ ਕੀ ਹੁੰਦਾ, ਇਹਨੂੰ ਸੰਗ ਲਾ ਦੀ ਅੰਦਰ ਜਾ, ਆ ਵੀ ਲੈ ਜਾ, ਇਹ ਨਹੀਂ ਜਾਂਦਾ, ਸੰਗ ਲੱਗ ਰਹੀ ਆ ਵੀ ਲੈ ਜਾ, ਆਹੋ ਪਾਣੀ ਸੁੱਟ ਦੂੰਗਾ ਨਾ, ਪਰਦੇ ਲਾ ਦੀ। ਅੱਜ ਬਣਾਉਣੀ ਅਸੀਂ ਘੀਆ ਦੀ ਸਬਜ਼ੀ, ਤੜਕਾ ਆਪਣਾ ਲਾ ਦੇ ਹਾਂ, ਕਈ ਵਾਰੀ ਰਿੱਝਦਾ ਨਹੀਂ ਹੈਗਾ। ਤੇ ਹੁਣ ਅਸੀਂ ਬਣਾ ਲਈਏ ਸਬਜ਼ੀ ਫਟਾਫਟ, ਸਬਜ਼ੀ ਬਣਾ ਕੇ ਅਜੇ ਚਾਹ ਪੀਣੀ ਆ, ਆਪਾਂ ਹੁਣ ਬਰੱਸ਼ ਕਰਕੇ ਹਟੇ ਕਿਉਂਕਿ ਲੈਟ ਆ ਗਈ ਸੀ। ਉਹ ਜੀ ਇੱਧਰ ਬਣ ਰਹੀ ਹੈ ਚੁੱਲ੍ਹੇ 'ਤੇ ਸਬਜ਼ੀ, ਤੜਕਾ ਲਗਾ ਤਾ ਸੀ, ਹੁਣ ਖੁਸ਼ੀ ਬਣਾਊਗੀ ਰੋਟੀ, ਅਤੇ ਮੈਨੂੰ ਸੇਕ ਸੇਕ ਰੋਟੀ ਫੜਾਈ ਜਾਊਗੀ, ਅਤੇ ਇੱਧਰ ਮੈਂ ਨਾਲ ਚੁੱਲ੍ਹੇ 'ਤੇ ਰੜ ਦੇਣੀ ਆ। ਬਾਕੀ ਅੰਦਰ ਸਾਰਾ ਕੰਮ ਹੋ ਗਿਆ, ਸਾਫ਼ ਸਫਾਈ ਵੀ ਹੋ ਗਈ, ਸਬਜ਼ੀ ਵੀ ਬਣ ਗਈ, ਹੁਣ ਨਹਾ ਧੋ ਕੇ ਮੈਂ ਕੱਪੜੇ ਧੋਣੇ ਆ, ਰੋਟੀ ਬਣਾ ਕੇ ਬਸ ਫਿਰ ਨਹਾਈਏ ਫਿਰ ਪਈਏ, ਕਿਉਂਕਿ ਆਪਾਂ ਪੂਰੀ ਰਾਤ ਸੁੱਤੇ ਨਹੀਂ ਹੈਗੇ, ਲੈਟ ਨਹੀਂ ਹੈਗੀ ਸੀ, ਅੱਜ ਤੜਕੇ ਹੀ ਉੱਠ ਗਏ ਸੀ ਆਪਾਂ। ਬਸ ਇੱਧਰੋਂ ਫਟਾਫਟ ਰੋਟੀ ਬਣਾ ਕੇ ਫਿਰ ਇੱਥੇ ਪੋਚਾ ਲਾ ਲੈਣਾ ਆਪਾਂ, ਫਿਰ ਵਿਹਲੇ ਅਸੀਂ। ਇੱਧਰ ਬਣ ਰਹੀ ਹੈ ਸਬਜ਼ੀ, ਖੁਸ਼ੀ ਮੈਨੂੰ ਫੜਾਊਗੀ ਰੋਟੀ, ਰੋਟੀ ਰਲ ਦੇਣੀ ਨਾਲ ਨਾਲ, ਰੋਟੀ ਵੀ ਬਣਾ ਲਈ ਆ, ਅੰਦਰੋਂ ਵੀ ਸਾਫ਼ ਸਫਾਈ ਹੋ ਗਈ, ਬਾਹਰੋਂ ਵੀ। ਤੁਸੀਂ ਉੱਧਰ ਡਿਜ਼ਾਈਨ ਬਣਾਉਣੇ ਸਿੱਖ ਲਿਆ ਨਾ, ਸਿੱਧੀ ਮਸ਼ੀਨ ਚੱਲਦੀ ਹੈ, ਜਿਹਨੇ ਸੂਟ ਸੀਣਾ ਮੇਰਾ ਉਹ 'ਚ ਪਿਆ ਮੇਰਾ ਸੂਟ ਕੱਢ ਕੇ ਦਵਾਂ, ਰਹਿਣ ਦੋ ਇਹ ਤੋਂ ਖਾਣੂ ਸਮਾਉਣਾ ਗਾ, ਇਹ ਕੁਛ ਵੀ ਹੁੰਦਾ ਨਵਾਂ ਹੀ ਸੂਟ ਆ, ਸਿੰਪਲ ਆ, ਘਰ ਪਾਉਣਾ ਗਾ, ਇਹਨੂੰ ਮਸ਼ੀਨ ਤਾਂ ਚਲਾਉਣੀ ਆਉਂਦੀ ਨਹੀਂ, ਧਾਗਾ ਪਾਉਣਾ ਸੂਈ 'ਚ। ਭਾਜੀ ਹੋਣੀ ਮਿਲ ਲੈਣੇ ਕਾਂਜਲੇ ਤੋਂ, ਵੈਸੇ ਸੰਗਰੂਰ ਤੋਂ ਨੇ ਇਹ ਭਾਜੀ, ਦਵਾਈਆਂ ਦਾ ਕੀੜੇ ਮਾਰ ਦਵਾਈਆਂ ਦਾ। ਹਾਂਜੀ ਭਾਜੀ ਦੱਸੋ ਤੁਸੀਂ ਆਪ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਵੀਰੇ ਖਾਲਸਾ ਪੈਸਟੀਸਾਈਡ ਵੀਰੇ, ਆਪਣਾ ਸੰਗਰੂਰ ਪੁਲਿਸ ਲੈਣ ਲਵੇ ਬਾਈ ਆਪਣੀ ਦੁਕਾਨ ਹੈਗੀ। ਆਪਣੇ ਕਿਸਾਨ ਵੀਰਾਂ ਲਈ ਇਹ ਖਾਸੀਅਤ ਹੈਗੀ ਇਹਦੇ ਵਿੱਚ ਵੀ ਆਪਣਾ 4-5 ਕੰਪਨੀ ਨਾਲ ਵਧੀਆ ਕੰਟੈਕਟ ਨੇਗੇ ਵੀਰੇ। ਆਪਣੀ ਦਵਾਈ ਦਾ ਪਹਿਲੇ ਨੰਬਰ 'ਤੇ ਜ਼ਿੰਮੇਦਾਰ ਨੂੰ ਆਪਣੇ ਨੂੰ ਏਜੰਟ ਚਾਹੀਦਾ ਹੁੰਦਾ ਗਾ, ਹੈ ਨਾ ਵੀਰੇ? ਅਤੇ ਏਜੰਟ ਆਪਾਂ ਵੀਰੇ ਗਰੰਟੀ ਨਾਲ ਦੇਵਾਂਗੇ। ਪਹਿਲਾਂ ਜ਼ਿੰਮੇਦਾਰ ਘੱਟ ਦਵਾਈ ਵਰਤ ਕੇ ਆਪਣਾ ਏਜੰਟ ਲੈ ਲਏ, ਕੋਈ ਚੱਕਰ ਨਹੀਂ ਹੈਗਾ, ਸਾਨੂੰ ਬਾਅਦ 'ਚੋਂ ਔਡਰ ਕਰ ਦੇਵੇ, ਬਾਅਦ 'ਚੋਂ ਅਸੀਂ ਆਪ ਭੇਜ ਦਾਂਗੇ, ਆਪਣਾ ਔਨਲਾਈਨ ਬਾਈ ਸਪਲਾਈ ਦਾ ਵੀ ਕੰਮ ਆਗਾ, ਅਤੇ GST ਪੱਕਾ ਬਿੱਲ ਬਾਈ ਆਪਾਂ ਕੱਟ ਕੇ ਦੇਵਾਂਗੇ। ਅਤੇ ਔਨਲਾਈਨ ਆਪਾਂ ਨੂੰ ਜਦੋਂ ਮਰਜ਼ੀ ਜਿੱਥੇ ਮਰਜ਼ੀ ਬੈਠੇ ਹੋਵੋ ਤੁਸੀਂ, ਚਾਹੇ ਘਰ ਬੈਠੇ ਹੋਵੋ ਚਾਹੇ ਖੇਤ ਬੈਠੇ ਹੋਵੋ, ਆਪਾਂ ਵੀ ਔਨਲਾਈਨ ਦਵਾਈ ਤੁਹਾਡੇ ਜਦੋਂ ਫੋਨ ਆ ਗਿਆ, ਔਡਰ ਤੁਸੀਂ ਲਿਖਾ ਤਾ, ਤੁਹਾਡੇ ਕੋਲ ਪਹੁੰਚਾ ਦਾਂਗੇ ਬਾਈ। ਬਾਕੀ ਜ਼ਰੂਰ ਸਪੋਰਟ ਕਰਿਓ, ਅਤੇ ਇੱਕ ਸਾਡੇ ਇਹਨੂੰ ਬਾਈ ਨੂੰ ਗੁਰਜਸ ਬਲੌਗ ਬਾਈ ਨੂੰ ਜ਼ਰੂਰ ਸਪੋਰਟ ਕਰੋ ਬਾਈ ਬਣ ਕੇ, ਕਿਉਂਕਿ ਆਪਾਂ ਵੀਰੇ ਹੈ ਨਾ, ਜਿਹੜਾ ਤਾਂ ਮਾੜਾ ਜਿਹਾ ਉੱਚੇ ਲੈਵਲ ਦਾ ਬੰਦਾ ਹੁੰਦਾ, ਆਪਾਂ ਉਹਨੂੰ ਤਾਂ ਭੱਜ ਭੱਜ ਕੇ ਕਮੈਂਟ ਜਾਂ ਆਪਾਂ ਲਾਈਕ ਕੁਛ ਵੀ ਕਰੀ ਜਾਂਦੇ ਹਾਂਗੇ, ਪਰ ਜਿਹੜੇ ਬੰਦੇ ਨੇ ਥੱਲੋਂ ਉੱਠਣਾ ਹੁੰਦਾ ਵੀਰ ਬਣ ਕੇ, ਉਹਨੂੰ ਸਪੋਰਟ ਕਰਿਆ ਕਰੋ, ਮੇਰੀ ਤਾਂ ਇਹੀ ਬੇਨਤੀ ਹੈਗੀ ਬਾਈ। ਬਾਕੀ ਆਪਣਾ ਨੰਬਰ ਦਿੱਤੇ ਹੋਏ ਨੇਗੇ ਬਾਈ ਦਾ, ਆਪਣੇ ਦਾ ਕੁਲਵਿੰਦਰ ਨਾਂ ਹੈਗਾ, ਜਿਹੜੇ ਬਾਈ ਉਹਨਾਂ ਦਾ ਕਾਰਡ ਆ ਨਾ, ਅਸੀਂ ਉਹਦੀ ਫੋਟੋ ਨੀਚੇ ਲਾਵਾਂਗੇ, ਮੋਬਾਈਲ ਨੰਬਰ ਵਗੈਰਾ ਸਾਰਾ ਕੁਛ ਤੁਸੀਂ ਦੇਖ ਲਿਓ, ਤੇ ਜ਼ਰੂਰ ਬਾਈ ਉਹਨਾਂ ਨੂੰ ਸਪੋਰਟ ਕਰਿਓ, ਨਵਾਂ ਕੰਮ ਸ਼ੁਰੂ ਕੀਤਾ ਬਾਈ ਉਹਨਾਂ ਨੇ, ਹੈ ਨਾ।
ਤੇ ਨਵੇਂ ਬੰਦੇ ਦੀ ਜ਼ਰੂਰ ਹੈਲਪ ਕਰਨੀ ਚਾਹੀਦੀ ਆ, ਕਿਉਂਕਿ ਪੁਰਾਣੇ ਕੋਲ ਤਾਂ ਸਾਰੇ ਜਾਂਦੇ ਨੇ, ਮਤਲਬ ਜਿਹਦੀ ਪਹਿਲਾਂ ਹੁੰਦੀ ਆ ਚੜ੍ਹਾਈ ਉਹਦੇ ਕੋਲ ਤਾਂ ਹਰ ਕੋਈ ਜਾਂਦਾ ਹੈ ਨਾ, ਜੋ ਮਤਲਬ ਨਵਾਂ ਕੰਮ ਸ਼ੁਰੂ ਕਰਦਾ ਉਹਦੀ ਸਾਰੇ ਜਣਿਆਂ ਨੂੰ ਹੈਲਪ ਕਰਨੀ ਚਾਹੀਦੀ ਹੈਗੀ। ਬਾਕੀ ਬਾਈ ਪਤਾ ਕੀ ਆ, ਬਾਕੀ ਜ਼ਿੰਮੇਦਾਰਾਂ ਨੂੰ ਯਾਰ, ਆਪਣੇ ਜ਼ਿੰਮੇਦਾਰਾਂ ਨੂੰ ਆਪਾਂ ਬਾਈ ਆਪ ਖੇਤੀ ਕਰਦੇ ਹਾਂ, ਆਪਣੇ ਜ਼ਿੰਮੇਦਾਰਾਂ ਨੂੰ ਰਗੜੀ ਦਵਾਈਆਂ 'ਚ ਜਾਂਦਾ। ਹਾਂ ਇਹ ਤਾਂ ਗੱਲ ਹੈਗੀ, ਕਿਉਂਕਿ ਬਾਈ ਜੇ ਰਿਜ਼ਲਟ ਮਿਲੂਗਾ ਹੈ ਨਾ ਯਾਰ, ਜ਼ਿੰਮੇਦਾਰ ਵੀ ਤਾਂ ਖੁਸ਼ ਹੋਊਗਾ, ਤਾਂ ਖੁਸ਼ ਹੋਊਗਾ। ਹਾਂ ਅਤੇ ਆਪਣੇ ਲਵੇ ਬਾਈ ਰਿਜ਼ਲਟ ਦੀ ਗਰੰਟੀ ਹੈਗੀ, GST ਬਿੱਲ ਪੱਕਾ ਬਿੱਲ ਕੱਟ ਕੇ ਦੇਵਾਂਗੇ ਵੀਰੇ, ਕੋਈ ਚੱਕਰ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਾਈ, ਸਾਰਿਆਂ ਦਾ ਸਪੋਰਟ ਕਰੋ। ਲਓ ਜੀ, ਸਾਰੇ ਜਣਿਆਂ ਨੂੰ ਬਾਈ ਨੇ ਦੱਸ ਹੀ ਦਿੱਤਾ, ਪੁਲਿਸ ਲਾਈਨ ਦੇ ਨੇੜੇ ਆ ਆਪਣੇ ਬਾਈ, ਉਹਨਾਂ ਨੇ ਸੌਂਫ ਕੀਤੀ ਹੈਗੀ ਸੰਗਰੂਰ, ਜਦੋਂ ਆਪਾਂ ਮਸਤਮਾਣਾ ਸਾਹਿਬ ਨੂੰ ਥੱਲੇ ਨੂੰ ਕੋਲ ਉਤਰਦੇ ਹਾਂ ਨਾ ਉਸ ਸਾਈਡ, ਅਤੇ ਸਾਰੇ ਜਣੇ ਬਾਈ ਦੀ ਜ਼ਰੂਰ ਹੈਲਪ ਕਰਿਓ, ਸਾਰੇ ਜਣਿਆਂ ਦੇ ਪਿਆਰ ਨਾਲ ਹੀ, ਸਾਰਿਆਂ ਦੀ ਹੈਲਪ ਨਾਲ ਹੀ ਹੈ ਨਾ ਕੁਛ ਨਾ ਕੁਛ ਬਣਦਾ ਗਾ, ਨਹੀਂ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਲਓ ਜੀ, ਕਹਿੰਦੇ ਅੱਜ ਹੈਗੀ ਆ ਮੱਛਿਆ, ਅਤੇ ਹੁਣ ਅਸੀਂ ਸਾਰੇ ਜਣੇ ਚੱਲੇ ਹਾਂ ਅੱਜ ਮਸਤਮਾਣਾ ਸਾਹਿਬ ਮੱਥਾ ਟੇਕਣ, ਲੇਡੀ ਪਤਾ ਲੱਗਿਆ ਵੀ ਅੱਜ ਮੱਛਿਆ ਪੱਕਾ ਨਹੀਂ ਪਤਾ ਦੀ। ਅਤੇ ਇੱਧਰ ਸੱਸ ਨੂੰਹਾਂ ਦੀ ਚੜ੍ਹਾਈ ਆ, ਦੇਖ ਸੇਮ ਸੇਮ ਸੂਟ ਲੈ ਲੈ ਮੰਮੀ, ਤੇਰੇ ਵਾਂਗੂ ਉਹਦੀ ਬੋਲੇ ਲੈ ਮੰਮੀ, ਕਹਿੰਦੀ ਇਹਦੇ ਜੀ ਲਾ ਲਓ, ਇਹਦੇ ਜੀ ਕਿੱਥੇ ਲੱਗਣ, ਇਹ ਸੂਟ ਕਿੱਥੋਂ ਆਏ ਆ? ਅੱਛਾ ਹਾਂ ਸੋਹਣੇ ਆ, ਅਰਮਾਨ ਚੱਕ ਲਈ, ਅਰਮਨ ਵੀ ਚੱਲਿਆ ਨਾਲ, ਕਹਿੰਦੇ ਖੁਸ਼ੀ ਤੱਕ ਜਾਣਾ ਹੋ ਗਿਆ ਕੈਂਸਲ, ਖੁਸ਼ੀ ਨੀ ਜਾਂਦੀ ਪਈ ਕਹਿੰਦੇ ਮਸਤਵਾਨਾ ਸਿੰਘ, ਹੈ ਜਾਂਦੀ ਨੀ, ਨਾ ਤਾਂ ਲੈ ਪਹਿਲਾਂ ਫਸ ਗਿਆ ਨਾਤਾ ਦੀ ਵੀਰਵਾਰ ਆ ਮਲੇਰ ਕੋਲੇ ਵੀ ਮੱਥਾ ਟੇਕਣ ਜਾਣਾ ਨਾ, ਰਾਤ ਨੂੰ ਠੰਡੇ ਹੋਏ। ਤੇ ਇੱਧਰ ਅੱਜ ਮੰਮੀ ਪੂਰੀ ਖੁਸ਼ ਆ ਕਿਉਂਕਿ ਮੰਮੀ ਨੇ ਪਾਇਆ ਨਵਾਂ ਸੂਟ, ਮੰਮੀ ਦੇ ਪਸੰਦ ਦਾ ਸੂਟ ਆਇਆ ਗਾ, ਐਨ ਫਿਟਿੰਗ ਪੂਰੀ ਆਈ ਹੈਗੀ, ਕੱਲ ਅਸੀਂ ਪੂਲ ਬਣਾਉਣਾ ਕਿੱਥੇ ਘਰੇ ਮੰਜਿਆਂ ਨਾਲ। ਅੱਛਾ ਖੁਸ਼ੀ ਸਾਡੀ ਮੂੰਹ ਢਾਕੇ ਪੈ ਗਈ, ਇਹਨੂੰ ਘਬਰਾਟ ਹੋ ਰਹੀ, ਖੁਸ਼ੀ ਦਾ ਮੂੰਹ ਨਾ ਢਾਕਿਆ ਕਰ, ਗੱਡੀ
ਗੰਨੇ ਜੂਸ ਪਿਲਾ ਦੇ, ਉਹ ਤਾਂ ਸੁੰਡ ਹੁੰਦੇ ਨੇ, ਉਹ ਨਾ ਪੀਆ ਕਰੋ, ਵਧੀਆ ਹੁੰਦਾ ਸੱਚੀ ਗੱਲ, ਸੁੰਡ ਹੁੰਦੇ ਨੇ ਉਹਦੇ ਚ, ਜਿਹੜਾ ਲੀਲਾ ਲਿਆ ਉਹ ਧੋਤਾ ਨਹੀਂ ਸੀ ਰੋਹ ਵਿੱਚ, ਲੀਲੀ ਲਾਲ ਸਲਟ ਦਾ ਰੰਗ ਚੜ ਗਿਆ ਸੀ, ਹਰਮਨ ਨੇ ਪਰਸ ਸੁੰਡ ਕੁਰਸੀ ਖਵਾ ਦੀ, ਚਲੋ ਠੀਕ ਆ ਤੇ ਹੁਣ ਅਸੀਂ ਤੁਹਾਨੂੰ ਜਾ ਕੇ ਮਿਲਾਂਗੇ, ਬਸ ਇਹਨਾਂ ਦੀ ਮੈਨੂੰ ਕੰਮ ਰਸਤੇ ਚ ਦਰਖਤ ਵੀ ਡਿੱਗੇ ਪਏ ਕਿਉਂਕਿ ਕੱਲ ਨੇਰੀ, ਸੱਚ ਕੱਲ ਦੀ ਨੇਰੀ ਆ, ਦੇਖੋ ਧਿਆਨ ਨਾਲ ਕੱਲ ਨੇਰੀ ਬਹੁਤ ਜ਼ਿਆਦਾ ਚੜੀ ਦਾ ਹੁੰਦਾ ਕਮਲਾ ਜਾਂ ਦਰਖਤ, ਮੱਥਾ ਟੇਕਣ ਵਾਸਤੇ। ਖੁਸ਼ੀ ਸਾਡੀ ਆਉਂਦੀ ਵਿਚਰ ਗਈ, ਕਹਿੰਦੀ ਮੈਨੂੰ ਫਰਾਕ ਲੈ ਕੇ ਦੋ, ਤੂੰ ਫਰਾਕ ਕਿੱਥੇ ਦੇਖ ਲਈ, ਕਿੱਥੇ ਆ ਫਰਾਕ, ਆਪਣੇ ਵੀਰੇ ਨੂੰ ਪੁੱਛ ਲਾ, ਸਾਨੂੰ ਤਾਂ ਲੈ ਕਹਿੰਦੀ ਸੀ ਤੈਨੂੰ ਲੈ, ਤੈਨੂੰ ਹੀ ਮਿਲ ਜੂ, ਸਾਨੂੰ ਤਾਂ ਮਿਲੀ ਨੀ ਫਰਾਕ ਹੁਣ ਤੱਕ, ਆ ਮੰਗਦੀ ਆ। ਪਹਿਲਾਂ ਅਸੀਂ ਮੱਥਾ ਟੇਕ ਕੇ ਆਈਏ ਗੁਰੂ ਘਰ, ਫਿਰ ਆਵਾਂਗੇ ਇੱਧਰ ਸਮਾਨ ਲੈਣ ਵਾਸਤੇ, ਪਹਿਲਾਂ ਮੱਥਾ ਟੇਕ ਕੇ ਸਮੱਸਿਆ ਨੇ, ਇਸ ਕਰਕੇ ਸੰਗਤ ਕਾਫੀ ਹੈ ਤੇ ਸਾਨੂੰ ਲੇਟ ਪਤਾ ਲੱਗਾ, ਨਹੀਂ ਤਾਂ ਆਪਾਂ ਸਵੇਰੇ ਹੀ ਆ ਜਾਣਾ ਸੀ ਮੱਥਾ ਟੇਕਣ। ਪਪੀਤਾ ਵੀ ਆ, ਕੀ ਆ ਹਾਂ ਵੀ ਮੋਹਨ ਸਾਹਿਬ ਲੰਗਰ ਸਕ ਲਈ ਹੈ ਨਾ ਵੀ। ਚਲੋ ਮਿਲਦੇ ਤੁਹਾਨੂੰ, ਜਿਹਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਦਿਓ ਫਟਾਫਟ। ਲੋ ਜੀ ਹੁਣ ਅਸੀਂ ਛੱਕ ਰਹੇ ਹਾਂ ਪ੍ਰਸ਼ਾਦਾ, ਸਾਨੂੰ ਸਾਡਾ ਕਦੀ ਨਹੀਂ ਰੋਟੀ ਖਾਂਦਾ ਹੈਗਾ, ਲੰਗਰ ਵੀ ਸਕਦਾ ਇਹਨੂੰ ਭੁੱਖੀ ਨਾ ਦੂਸਰਾ। ਖੁਸ਼ੀ ਕਿੱਦਾਂ ਫਿਰ ਜੀ, ਸਾਨੂੰ ਸਾਡੇ ਰੋਟੀ ਨਹੀਂ ਖਾਧੀ ਸੀ ਗੰਨੇ ਦਾ ਰਸ ਪਿਲਾ ਦੋ, ਹੁਣ ਇਹਨੂੰ ਸੰਗ ਲੱਗਦੀ, ਤਾਂ ਵਧੀਆ ਬਣਿਆ ਹੈ ਸੰਗ ਲੱਗਦੀ ਪਈ ਤੈਨੂੰ, ਮਾਸੀ ਵਾਂਗੂ ਨੰਬਰ ਬਣ ਜਿੰਦ ਪੈਪ ਨੇ ਨਹੀਂ ਪੀਣਾ ਦੂਜੀ ਤਰ੍ਹਾਂ ਪੀ ਲਾ ਹੈ, ਕੋਈ ਨਹੀਂ ਹੈਗਾ ਧੱਕਾ, ਕੋਈ ਨਹੀਂ ਹੈਗਾ। ਲਓ ਜੀ ਹੁਣ ਅਸੀਂ ਪੌਣੇ ਲੈਣੇ ਸੀ, ਗੂੜੇ ਗੂੜੇ ਰੰਗ ਲੈ, ਗੂੜੇ ਗੂੜੇ
ਲਾ ਲਾ ਜਾਮਨੀ ਮੇਰਾ ਫੇਵਰੇਟ ਲੈ ਇਹ ਨਹੀਂ ਛੱਡਣਾ ਹੈਗਾ ਚਲੋ ਤਿੰਨ ਪੌਣੇ ਲੈ ਲਏ ਅਸੀਂ ਹੁਣ ਅਸੀਂ ਤੁਹਾਨੂੰ ਘਰ ਜਾ ਕੇ ਮਿਲਾਂਗੇ ਚਲੋ ਚਲੀਏ ਸੰਗ ਤੇ ਪੌਣੇ ਲੈ ਹੋਰ ਨਾ ਹੁਣ ਅਸੀਂ ਆ ਗਏ ਆ ਘਰ ਅਸੀਂ ਆ ਗਏ ਸੀ ਘਰ ਤੇ ਹੁਣ ਅਸੀਂ ਚੱਲੇ ਆ ਮਲੇਰਕੋਟਲੇ ਮੱਥਾ ਟੇਕਣ ਵੀਰਵਾਰ ਨੂੰ ਅਸੀਂ ਜਾਣਾ ਹੀ ਹੁੰਦਾ ਤੇ ਅੱਜ ਅਸੀਂ ਲੇਟ ਹੋ ਗਏ ਚਲ ਚੱਲੀਏ ਫਟਾਫਟ ਤੇ ਪੂਰਾ ਮੀਂਹ ਨੇਰੀ ਜਿਹੜਾ ਮੌਸਮ ਹੋਇਆ ਕੱਲ੍ਹ ਵਾਲਾ ਮੌਸਮ ਹੋ ਗਿਆ ਇਸ ਕਰਕੇ ਫਟਾਫਟ ਨਿਕਲੀਏ ਤੇ ਹੁਣ ਤੁਹਾਨੂੰ ਅਸੀਂ ਜਾ ਕੇ ਹੀ ਮਿਲਾਂਗੇ ਹੋਰ ਜੀ ਅਸੀਂ ਪੁੱਜ ਗਏ ਅਤੇ ਮੱਥਾ ਵੀ ਟੇਕ ਲਿਆ ਲੇਟ ਬਹੁਤ ਹੋ ਗਈ ਸੀ ਨਾ ਮੋਟਰਸਾਈਕਲ ਇਸ ਕਰਕੇ ਜਲਦੀ ਜਲਦੀ ਆਏ ਹਾਂ ਕਹਿੰਦੇ ਪਾਉਂਦੀਆਂ ਹੁਣ ਘਰੇ ਇੰਨੀ ਹਨੇਰੀ ਚੱਲਦੀ ਦੀ ਬਹੁਤ ਜ਼ਿਆਦਾ ਇੱਥੇ ਤਾਂ ਹਨੇਰੀ ਹੈ ਨਹੀਂ ਰਸਤੇ 'ਚ ਪਰ ਬਹੁਤ ਤੇਜ਼ ਹਨੇਰੀ ਦੀ ਮੱਤ ਵੱਜ ਗਈ ਮੈਨੂੰ ਉਹ ਤੇਰੀ ਭਾਬੀ ਪਤਾ ਕਿਉਂ ਹੌਲੀ ਚਲਾ ਲਓ ਹੌਲੀ ਮਗਾ ਹੌਲੀ ਨਾ ਤਾਂ ਟੱਕਰ ਗਏ ਤਾਂ ਲੈ ਕੇ ਤੁਸੀਂ ਸ਼ੋਕਰ ਮਣਾ ਪਹੁੰਚ ਕੇ ਘਰੇ ਐਵੇਂ ਦਰਾਦ ਦਰ ਉਧਰ ਟੁੱਟ ਕੇ ਡਿੱਗ ਜਾਂਦਾ ਸਿਰ ਤੇ ਕਹੇ ਉਹੀ ਬਾਹਲੇ ਟੁੱਟਦੇ ਨੇ ਹਨੇਰੀ ਬਾਹਲੀ ਚੱਲਦੀ ਪਈ ਨਾ ਉੱਥੇ ਨੌਤ ਰਾਣੀ ਆ ਕੇ ਤਾਂ ਬਾਹਲੀ ਨੇ ਨੌਤ ਰਾਣੀ ਦੇ ਬੁਰਜ ਕੋਲ ਹੱਥਾਂ ਤੱਕ ਦਰਖਤੀ ਆ ਹਾਂ ਫੇਰ ਪਿੰਡ ਹੀ ਆ ਸ਼ੁਰੂ ਇੱਕ ਆਪਣੇ ਜਿਹੜਾ ਰਸਤਾ ਸੀ ਉਹ ਤੋਂ ਲੈਟ ਨਹੀਂ ਹੈਗੀ ਅੱਜ ਫਿਰ ਲੈਟ ਚੱਲ ਗਈ ਕੱਲ ਵੀ ਪੂਰੀ ਰਾਤ ਇੰਦੀ ਨਿਕਲ ਗਈ ਅੱਜ ਫਿਰ ਚਲੋ ਜੀ ਕੱਲ ਨੂੰ ਫਿਰ ਸਫਾਈਆਂ ਕਰਨ ਲੱਗਿਓ ਇਦਾਂ ਤੁਸੀਂ ਪਿਛਲੇ ਬਲੌਗ 'ਚ ਦੇਖਿਆ ਮੈਂ ਇਹਨਾਂ ਨੇ ਸਫਾਈ ਕੀਤੀ ਹੁਣ ਇਹ ਕੀ ਆ ਗਿਆ ਕੱਲ ਤਾਂ ਤੁਸੀਂ ਦੇਖਿਆ ਨਾਮ ਲੈ ਦੇ ਬਾਈ ਨਾਮ ਲੈ ਦੇ ਇਹ ਡੈਡੀ ਕਿਸੇ ਨੇ ਲਿਖ ਕੇ ਦਿੱਤੇ ਤੈਨੂੰ ਲੈ ਵੀ ਡੈਡੀ ਬਿਮਾਰ ਕੋਲ ਡੈਡੀ ਨੂੰ ਬਈ ਨਾਮ ਲਿਖ ਕੇ ਦਿੱਤਾ ਸਪੈਸ਼ਲ ਡੈਡੀ ਬਿਮਾਰ ਸਬਜ਼ੀ ਵੇਚਣ ਜਾਂਦਾ ਅਤੇ ਲਿਖ ਕੇ ਵੀ ਇੰਗਲਿਸ਼ ਦੇ ਵਿੱਚ ਦਿੱਤਾ ਜਿੱਦਾਂ ਕਿ ਡੈਡੀ ਹੈ ਨਾ ਸਬਜ਼ੀ ਵੇਚਣ ਜਾਂਦੇ ਨੇ ਪਿੰਡ ਨਾਲ ਦੇ ਪਿੰਡ ਬਿਮਾਰ ਅਤੇ ਉਹਨਾਂ ਨੇ ਨਾਮ ਲਿਖ ਕੇ ਦਿੱਤਾ ਵੀ ਸਾਡੇ ਸਪੈਸ਼ਲੀ ਬਲੌਗ ਦੇ ਵਿੱਚ ਬੋਲਦੇ ਕਿਉਂਕਿ ਉੱਦਾਂ ਤਾਂ ਅਸੀਂ ਬੰਦ ਕਰਤੇ ਸੀ ਅੱਛਾ ਬਲੌਗ ਦੇ ਦਿੰਦੇ ਉੱਦਾਂ ਅਸੀਂ ਬੰਦ ਕਰਤੇ ਸੀ ਕਿਉਂਕਿ ਜੇ ਅਸੀਂ ਨਾ ਮਤਲਬ ਜਿ ਕੁਝ ਕਿਤੇ ਨਾਮ ਲੈ ਦਿੰਦੇ ਹਾਂ ਜੇ ਕੁਝ ਕਿਤੇ ਰਹਿ ਜਾਂਦੇ ਨਾ ਫਿਰ ਉਹ ਕਹਿੰਦੇ ਆ ਕਿ ਤੁਸੀਂ ਸਾਡੇ ਨਾਮ ਨਹੀਂ ਲੈਂਦੇ ਅੱਜ ਤੋਂ ਬਾਅਦ ਤੁਹਾਡੇ ਬਲੌਗ ਨਹੀਂ ਦੇਖਣੇ ਅਸੀਂ ਅਨਸਬਸਕ੍ਰਾਈਬ ਕਰਦੇ ਹਾਂ ਜੇ ਉਹ ਧਮਕੇ ਦੇਣ ਲੱਗ ਜਾਂਦੇ ਹਨਾ ਤਾਂ ਕਰਕੇ ਫਿਰ ਅਸੀਂ ਬੰਦ ਕਰਤੇ ਸੀ ਚਲੋ ਫਿਰ ਵੀ ਡੈਡੀ ਵਿਚਾਰਾ ਸਬਜ਼ੀ ਵੇਚਣ ਜਾਂਦਾ ਅਤੇ ਨਾਲ ਦੇ ਪਿੰਡ ਉਹਨਾਂ ਨੇ ਨਾਮ ਲਿਖ ਕੇ ਦਿੱਤਾ ਡੈਡੀ ਨੇ ਇੱਕ ਦਾ ਨਾਮ ਹੈਗਾ ਬਿੰਦਰ ਕੌਰ ਅਤੇ ਬਲਜੋਤ ਮਰਾਹੜ ਉਹਦੇ ਬਾਅਦ ਕੀ ਹੈ ਕਰਮਜੀਤ ਕੌਰ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਡੈਡੀ ਨੂੰ ਇੰਨਾ ਮਾਣ ਬਖਸ਼ਿਆ ਅਤੇ ਡੈਡੀ ਨੂੰ ਨਾਮ ਲਿਖ ਕੇ ਦਿੱਤੇ ਤੂੰ ਵੀ ਬੋਲਦੇ ਡੈਡੀ ਇੱਕ ਵਾਰ ਬੋਲਦੇ ਬਲਜਿੰਦ ਬਿੰਦਰ ਕੌਰ ਬਿੰਦਰ ਕੌਰ ਬਿੰਦਰ ਕੌਰ ਬਲਜੋਤ ਮਰਾੜ ਬਲਜੋਤ ਮਰਾੜ ਹਾਂ ਕਰਮਜੀਤ ਕੌਰ ਕਰਮਜੀਤ ਕੌਰ ਉਹਦੇ ਬਾਅਦ ਥੈਂਕ ਯੂ ਥੈਂਕ ਯੂ ਤੇ ਤੂੰ ਸਬਜ਼ੀ ਲੈਂਦੇ ਡੈਡੀ ਤੇਰੇ ਪੱਕੇ ਕਰਾ ਕਨੇ ਚੜਾਈ ਆ ਬਈ ਡੈਡੀ ਦੀ ਲਾਉਣਗੇ ਕਿਹਾ ਕੁੜੀ ਨੂੰ ਲਵਿਆ ਦੇ ਘਰਾਂ ਨੂੰ ਅੱਛਾ ਕਿਹਾ ਠੀਕ ਹੈ ਸਬਸਕ੍ਰਾਈਬਰ ਵੀ ਵਧਾ ਗਏ ਜੈਲਸੀ ਨੀ ਹੋਈ
ਵਾਹ ਨੀ ਮਹਾਦੇਵ ਆ ਸਗੋ ਤਾ ਇਹ ਆ ਬਤਾ ਇਹ ਕਿਵੇਂ ਰੋਕ ਕੇ ਜੇ ਹੱਡੀ ਆ ਮੰਮੀ ਉੱਚੀ ਲਾਟਾ ਲੁੱਟਾ ਬੰਦ ਕਰ ਦੀ ਅੰਦਰ ਹੀ ਆਪਣੇ ਹਾਂ ਓਏ ਕਮਰੇ ਦੀ ਚਾਂਦੀ ਰਹੀ ਬੰਦ ਕਰ ਤੇ ਆਪਾਂ ਲਿਆ ਵੋ ਕੀ ਪੌੜੀ ਲਿਆ ਕੇ ਦੋ ਕੋਠੇ ਤੇ ਚੜਿਆ ਕਰ ਮੰਜੇ ਯਾਰ ਹਵਾ ਜਾ ਪੌੜੀ ਕਹੀ ਜੀ ਯਾਰ ਬਣਵਾ ਲੋ ਜਿਹੜੀ ਇਕੱਠੀ ਹੋ ਜਾਵੇ ਤੇਰਾ ਮਾਸੜ ਰਾਤ ਡਿੱਗ ਗਿਆ ਪੋਤੇ ਕਿਹੜਾ ਮਾਸੜ ਭੇੜ ਪੂਰੀ ਕਿਵੇਂ ਨੇਰੀ ਨਹੀਂ ਆਈ ਸੀ ਜਦ ਕਣੀਆਂ ਆਈਆਂ ਨੇ ਬਲਾਟ ਹਾਂ ਉਹ ਸਲੇਟ ਛੱਟਦਾ ਨਹੀਂ ਲੱਗੀ ਸਲੇਟਾਂ ਤੇ ਡਿੱਗੇ ਪਸਲੀਆਂ ਹੁਣ ਚੜਾ ਕੇ ਮੰਜੇ ਦਾ ਪਾ ਲੈ ਵੀ ਹੋ ਰਵੀ ਲਓ ਜੀ ਹੁਣ ਆਪਾਂ ਚੱਲੇ ਸੀ ਤੁਰਨ ਉਧਰ ਛੋਟੀ ਡੈਡੀ ਤੇ ਖੁਸ਼ੀ ਉਹ ਭੱਜ ਗਏ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਮਾਰ ਦੋ ਬੜਾ ਬੜਾ ਮੈਂ ਬਹੁਤ ਜ਼ਿਆਦਾ ਤੁਰਨਾ ਸੰਗਤਾਂ ਰਾਤ ਨੂੰ ਲੱਗੀਆਂ ਪਈਆਂ ਲਾਈਟ ਮਾਰਨ ਵਿਚਾਰੀਆਂ ਹਾਂਜੀ ਚੱਲ ਪੂ ਲਾਈਟ ਅੱਜ ਇਧਰੋਂ ਬੰਦ ਕਰਾਉਣੀ ਪੈਂਦੀ ਆ ਅੱਛਾ ਰਾਤ ਵੀ ਵਿਚਾਰੇ ਨੇ ਬਹੁਤ ਮੱਥਾ ਮਾਰਿਆ ਰਾਤ ਟਰਾਈ ਦਾ ਚੱਕਰ ਪੈ ਗਿਆ ਲਾਈਟ ਆ ਗਈ ਆ ਵਿਚਾਰੇ ਬਿਜਲੀ ਵਾਲੇ ਆਏ ਹੋਏ ਸੀ ਸਮਾਰਨ ਨਾਲ ਦੇ ਪਿੰਡ ਤੋਂ ਹੀ ਨੇ ਬਮਾਲ ਦੇ ਮੁਲਾਜ਼ਮ ਜਿਹੜੇ ਹੁਣ ਲੈਂਡਮੈਨ ਲੱਗੇ ਹੋਏ ਨੇ ਸਾਡੇ ਪਿੰਡ ਨੂੰ ਵਿਚਾਰੇ ਰਾਤ ਵੀ ਕਹਿੰਦੇ 2 ਵਜੇ ਗਿਆ ਸੀ ਸਮਾਰ ਕੇ ਪਰ ਉਹ ਲਾਈਟ ਨਹੀਂ ਆਈ ਸੀ ਇੱਧਰ ਕਿਤੇ ਜਦੋਂ ਉਹਨਾਂ ਨੇ ਲਾਸਟ ਟਰਾਈ ਲੈਤੀ ਬੇਰੀ ਬੂਰੀ ਡਿੱਗੀ ਸੀਗੀ ਉਹਦੇ ਕਰਕੇ ਟਾਈਮ ਲੱਗ ਗਿਆ ਹਾਂ ਖੁਸ਼ੀ ਤਾਂ ਖੁਸ਼ੀ ਅੱਜ ਵੀ ਉਹ ਕਰਕੇ ਦਿਖਾਈ ਕਿਵੇਂ ਕਹਿੰਦੇ ਕੱਲ੍ਹ ਰੁੜਦੇ ਸੀ ਚੱਲ ਪਹਿਲਾਂ ਤੂੰ ਰੁੜ ਫਿਰ ਮੈਂ ਰੁੜ ਕੇ ਦਿਖਾਉ ਚੱਲ ਚੱਲ ਪਹਿਲਾਂ ਤੂੰ ਰੁੜ ਫਿਰ ਮੈਂ ਰੁੜੂ ਉਹ ਮੈਨੂੰ ਕਿਵੇਂ ਰੁੜਨਾ ਵਾ ਚੱਲ ਤੇਰੇ ਨਾਲ ਡੈਡੀ ਨੂੰ ਲਾਉਣਾ ਹੋਰ ਕੀ ਡਿੱਗੂਏ ਇਹ ਵੀ ਪੱਟਤਾ ਨੇਰੀ ਨੇ ਇਹ ਵੀ ਪੱਟਤਾ ਕੱਲ ਦੇਖੋ ਕਿਆ ਬਾਤ ਆ ਜੜਾਂ ਜੀ ਖਿੱਚਦਾ ਇਹ ਬੜਾ ਪੱਟਿਆ ਗਿਆ ਨੀ ਮਾਂ ਲਓ ਵੀ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਮਾਰ ਦਿਓ ਤੇ ਵਲੌਗ ਆਪਣੇ ਨੂੰ ਸ਼ੇਅਰ ਕਰ ਦਿਓ।